ਸਗਰੂ ਲਾਈ ਦਾ ਫੇਸਬੁਕ ਪੇਜ ਤੇ ਤੁਹਾਡੇ ਥੋੜਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੇ ਹੁਣੇ-ਹੁਣੇ ਦੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕੱਲ ਜਿਹੜੀ ਟਰੈਕਟਰ ਰੈਲੀ ਹੋਈ ਸੀ ਤੇ ਟਰੈਕਟਰ ਰੈਲੀ ਦੇ ਵਿੱਚ ਜਿਹੜੇ ਕਿਸਾਨ ਮੌਜੂਦ ਸੀਗੇ ਤੇ ਉਹਨਾਂ ਵਿੱਚੋਂ ਜਿਹੜਾ ਹੈਗਾ ਲਗਭਗ 35 ਤੋਂ ਉੱਤੇ ਕਿਸਾਨਾਂ ਦੇ ਉੱਤੇ ਕਿਸਾਨ ਨੇਤਾਵਾਂ ਦੇ ਉੱਤੇ ਹੈਗਾ ਜਿਹੜਾ ਮਾਮਲਾ ਦਰਜ ਕਰ ਲਿਆ ਗਿਆ ਹੈਗਾ ਪੁਲਿਸ ਵੱਲੋਂ ਅਤੇ ਐਫ ਆਈ ਆਰ ਨੰਬਰ 39 ਦੇ ਤਹਿਤ ਪੁਲਿਸ ਨੇ ਜਿਹੜੇ ਨੇ ਇਹ ਮਾਮਲੇ ਦਰਜ ਕੀਤੇ ਨੇ ਜਿਨ੍ਹਾਂ ਮਾਮਲਿਆਂ ਦੇ ਵਿੱਚ ਉਹਨਾਂ ਨੇ ਦੋਸ਼ ਲਗਾਏ ਨੇਗੇ ਇਹਨਾਂ ਕਿਸਾਨ ਨੇਤਾਵਾਂ ਤੇ ਕਿ ਉਹਨਾਂ ਨੇ ਹੈ ਜਿਹੜਾ ਕੋਸ਼ਿਸ਼ਾਂ ਕੀਤੀਆਂ ਨੇਗੀਆਂ ਸਭ ਤੋਂ ਪਹਿਲਾਂ ਤਾਂ ਦੱਸ ਦਈਏ ਕਿ ਇਹਨਾਂ ਕਿਸਾਨ ਨੇਤਾਵਾਂ ਦੇ ਉੱਤੇ ਜਿਹੜੇ ਮਾਮਲੇ ਦਰਜ ਹੋਏ ਨੇ 13 ਧਾਰਾਵਾਂ ਲੱਗੀਆਂ ਨੇ ਜਿਸ ਵਿੱਚ ਲੁੱਟ ਦੀ ਧਾਰਾ ਲੱਗੀ ਹੈ ਲੁੱਟ ਦੇ ਨਾਲ ਹੀ ਜਾਨ ਲੈਵਾ ਹਥਿਆਰਾਂ ਨੂੰ ਲੈ ਕੇ ਜਾਣ ਦੀ ਜਿਹੜੀ ਹੈਗੀ ਹੈ ਕਿ ਤਾਰਾ ਲੱਗੀ ਹੈਗੀ આરોਪ ਲੱਗੇ ਨੇ ਤੇ ਜੋ ਪਬਲਿਕ ਪ੍ਰੋਪਰਟੀ ਦਾ ਜਿਹੜਾ ਨੁਕਸਾਨ ਕੀਤਾ ਬੈਰੀਕੇਡ ਜਿਹੜੇ ਤੋੜੇ ਗਏ ਨੇਗੇ ਉੱਥੇ ਉਹਨਾਂ ਬੈਰੀਕੇਟਾਂ ਨੂੰ ਤੋੜਨ ਦਾ ਵੀ ਜਿਹੜਾ ਹੈਗਾ ਇਹ ਇਲਜ਼ਾਮ ਲਗਾਏ ਗਏ ਨੇਗੇ ਤੇ ਇਸ ਤੋਂ ਇਲਾਵਾ ਐਫ ਆਈ ਆਰ ਨੰਬਰ 39 ਦੇ ਤਹਿਤ 300 ਤੋਂ ਵੱਧ ਪੁਲਿਸ ਕਰਮੀਆਂ ਨੂੰ ਜਿਹੜਾ ਹੈਗਾ ਜ਼ਖਮੀ ਕਰਨ ਦੀ ਗੱਲ ਵੀ ਕੀਤੀ ਗਈ ਹੈ ਤੇ 600 ਟਰੈਕਟਰ ਤੇ ਜਿਹੜੇ 10000 ਤੋਂ ਜ਼ਿਆਦਾ ਕਿਸਾਨ ਜਿਹੜੇ ਇੱਕ ਕਲ ਰੈਲੀ ਦੇ ਵਿੱਚ ਪਹੁੰਚੇ ਹੋਏ ਸੀ ਉਹਨਾਂ ਕਿਸਾਨਾਂ ਨੇ ਜਿਹੜਾ ਹੈਗਾ ਉੱਥੇ ਤੋੜਪੰਨ ਕੀਤੀ ਹੈਗੀ ਤੇ ਇਸ ਤੋਂ ਇਲਾਵਾ 13 ਧਾਰਾਵਾਂ ਦੇ ਤਹਿਤ ਹੈਗਾ ਜਿਹੜਾ ਐਫ ਆਈ ਆਰ ਨੰਬਰ 39 ਦੇ ਤਹਿਤ ਸਾਰੇ ਹੀ ਕਿਸਾਨ ਨੇਤਾਵਾਂ ਦੇ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈਗਾ ਤੇ ਹੁਣ ਜਿਹੜੀ ਇਹਨਾਂ ਪੁਲਿਸ ਵੱਲੋਂ ਹੈਗੀ ਹੈ ਜਿਹੜੀ ਇਹ ਕਾਰਵਾਈ ਸ਼ੁਰੂ ਕਰ ਦਿੱਤੀ ਹੈਗੀ ਤੇ ਇਸ ਦੀ ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਇਹ ਹੀ ਹੈਗੀ ਕਿ ਜਿਹੜੇ ਸਾਰੇ ਹੀ ਆਪਣੇ ਨੇਤਾ ਸੀਗੇ ਕਿਸਾਨ ਨੇਤਾ ਸੀਗੇ ਮੁੱਖ ਕਿਸਾਨ ਨੇਤਾ ਸੀ ਚਾਹੇ ਜੋਗਿੰਦਰ ਸਿੰਘ ਉਗਰਾਹਾ ਹੋਗੇ ਚਾਹੇ ਰਾਜੋਵਾਲ ਸਾਈਡ ਦੇ ਹੋਗੇ ਉਹ ਸਾਰਿਆਂ ਦੇ ਉੱਤੇ ਹੈਗਾ ਜਿਹੜਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈਗਾ ਤੇ આરોਪ ਲਗਾਏ ਗਏ ਨੇ ਕਿ ਜਿਹੜੇ ਲੁੱਟ ਦੀ ਕੋਸ਼ਿਸ਼ ਕੀਤੀ ਗਈ ਤੇ ਨਾਲ ਜਿਹੜੇ ਉੱਥੇ ਟਰੈਕਟਰ ਰੈਲੀ ਦੇ ਵਿੱਚ ਤੇਜ਼ ਤਾਰ ਹਥਿਆਰ ਲੈ ਕੇ ਗਏ ਇਸ ਤੋਂ ਇਲਾਵਾ ਹੋਰ ਵੀ ਜੜੀਆਂ ਖੋਹਾਂ ਦੀਆਂ ਵੀ ਜੜੀਆਂ ਧਾਰਾਵਾਂ ਦੇ ਤਹਿਤ ਇਹਨਾਂ ਤੇ ਮਾਮਲਾ ਦਰਜ ਕਰ ਦਿੱਤਾ ਗਿਆ ਹੈਗਾ ਤੇ ਘੱਟ ਤੋਂ ਘੱਟ 30 ਤੋਂ 37 ਕਿਸਾਨ ਨੇਤਾਵਾਂ ਦੀ ਧਾਰਾਵਾਂ ਦੇ ਤਹਿਤ 30 ਤੋਂ 37 ਨੇਤਾਵਾਂ ਤੇ ਜਿਹੜਾ ਹੈਗਾ ਮਾਮਲਾ ਦਰਜ ਕੀਤਾ ਗਿਆਗਾ ਕਿਤੇ ਨਾ ਕਿਤੇ ਇੱਕ ਜਿਹੜੀ ਕੱਲ ਟਰੈਕਟਰ ਰੈਲੀ ਹੋਈ ਸੀ ਉਸ ਟਰੈਕਟਰ ਰੈਲੀ ਦੇ ਦੌਰਾਨ ਜਿਹੜੇ ਕਿਸਾਨ ਨੇ ਉਹ ਲਗਾਤਾਰ ਆਪਣਾ ਉੱਥੇ ਪ੍ਰਦਰਸ਼ਨ ਸ਼ਾਂਤਮੀ ਢੰਗ ਦੇ ਨਾਲ ਰੋਸ਼ ਆਪਣਾ ਦਿਖਾ ਰਹੇ ਸੀਗੇ ਪਰ ਕਿਸਾਨ ਨੇਤਾਵਾਂ ਨੇ ਜਿਹੜੇ ਹੁਣ ਉਹਨਾਂ ਉਸ ਸਮੇਂ ਤੋਂ ਬਾਅਦ ਜਿਹੜੇ ਬਿਆਨ ਦਿੱਤੇ ਨੇ ਉਹਨਾਂ ਬਿਆਨਾਂ ਦੇ ਵਿੱਚ ਇਹੀ ਸਿੱਧ ਹੋ ਰਿਹਾਗਾ ਕਿ ਜਿਹੜੇ ਵੀ ਇਸ ਦੇ ਵਿੱਚ ਸ਼ਰਾਰਤੀ ਤੱਤ ਸੀਗੇ ਉਹਨਾਂ ਨੇ ਕਿਸਾਨੀ ਰੈਲੀ ਕਿਸਾਨੀ ਮਸਲੇ ਨੂੰ ਪਟਕਾਣ ਦੀ ਕੋਸ਼ਿਸ਼ ਕੀਤੀ ਹੈ ਤੇ ਉੱਥੇ ਜਿਹੜੇ ਨੌਜਵਾਨਾਂ ਨੂੰ 扑ਕਾਇਆ ਗਿਆਗਾ ਤੇ ਸਾਫ਼ ਉਹਨਾਂ ਨੇ ਇਹ ਗੱਲ ਨੂੰ ਜ਼ਾਹਿਰ ਕਰ ਦਿੱਤਾ ਗਿਆ ਕਿ ਇਸ ਦੇ ਵਿੱਚ ਉਹਨਾਂ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਰੋਲ ਨਹੀਂ ਸੀਗਾ ਕਿਸਾਨੀ ਮਸਲਾ ਜਿਹੜਾ ਸੀ ਉਹ ਅਲੱਗ ਸੀਗਾ ਜਿਹੜਾ ਇਹ ਪ੍ਰੋਪਗੈਂਡਾ ਚਲਾਇਆ ਗਿਆ ਉਹ ਅਲੱਗ ਸੀਗਾ ਪਰ ਫਿਰ ਵੀ ਜਿਹੜੇ ਹੁਣ ਇਹ ਮਾਮਲੇ ਨੇ ਦਰਜ ਹੋਣੇ ਸ਼ੁਰੂ ਹੋ ਚੁੱਕੇ ਨੇ ਤੇ ਹੁਣ ਦੀ ਸਭ ਤੋਂ ਵੱਡੀ ਖਬਰ ਇਹ ਹੀ ਆ ਰਹੀ ਹੈਗੀ ਜਾਣਕਾਰੀ ਇਹ ਹੀ ਆ ਰਹੀ ਹੈਗੀ 30 ਤੋਂ 37 ਕਿਸਾਨ ਨੇਤਾਵਾਂ ਦੇ ਜਿਹੜਾ ਹੈਗਾ ਮਾਮਲਾ ਹੈਗਾ ਜਿਹੜਾ ਉਹ 13 ਗੰਭੀਰ ਪੂਰਨ ਰੂਪ ਦੇ ਵਿੱਚ ਗੰਭੀਰ ਤਾਰਾਵਾਂ ਲਗਾਈਆਂ ਗਈਆਂ ਨੇ ਕੋਈ ਇਸ ਤਰੀਕੇ ਦੀ ਨਹੀਂ ਦੇਸ਼ਦ્રોਹੀ ਦੀ ਤਾਰਾਵਾਂ ਨੂੰ ਵੀ ਲਗਾਇਆ ਗਿਆ ਹੈਗਾ ਤੇ ਇਹ ਚੀਜ਼ ਜਿਹੜੀ ਹੈਗੀ ਕਿਤੇ ਨਾ ਕਿਤੇ ਕੀ ਕੀ ਕਿਸਾਨੀ ਮੁੱਦੇ ਤੇ ਉੱਤੇ ਹੁਣ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੇਂਦਰ ਸਰਕਾਰ ਵੱਲੋਂ ਕਿਸਾਨ ਨੇਤਾ ਜਿਹੜੇ ਮੁੱਖ ਕਿਸਾਨ ਨੇਤਾਵਾਂ ਨੇ ਨੇਤਾਵਾਂ ਨੇ ਜਿਹੜਾ ਇਹ ਕੱਲ ਰੋਸ਼ ਮਾਰਚ ਕੱਢਿਆ ਸੀਗਾ ਤੇ ਮੂਹਰੇ ਲੱਗੇ ਸੀ ਤੇ ਐਨਓਸੀ ਲੈਟਰ ਦੇ ਉੱਤੇ ਵੀ ਜਿਹੜੇ ਦਸਤਖਤ ਕਰਵਾਏ ਗਏ ਸੀਗੇ ਉਸ ਨੂੰ ਵੀ ਇਹ ਗੱਲ ਹੁਣ ਮੁੱਖ ਰੱਖੀ ਜਾ ਰਹੀ ਹੈ ਕਿ ਜਦੋਂ ਕਿ ਐਨਓਸੀ ਉੱਤੇ ਦਸਤਕਤ ਹੋ ਚੁੱਕੇ ਸੀ ਪਰ ਉਸ ਤੋਂ ਬਾਅਦ ਵੀ ਇਹ ਜਿਹੜੀ ਗੱਲ ਹੋਈ ਹੈ ਸਾਹਮਣੇ ਤਾਂ ਉਸ ਨੂੰ ਵੀ ਹੁਣ ਮੁੱਖ ਰੱਖਿਆ ਜਾ ਰਿਹਾ ਹੈਗਾ ਕਿਤੇ ਨਾ ਕਿਤੇ ਕਿਸਾਨ ਕਿਸਾਨਾਂ ਦੇ ਲਈ ਇਹ ਮੁਸੀਬਤ ਦੀ ਗੱਲ ਵੀ ਹੈ ਪਰ ਜਿਸ ਤਰੀਕੇ ਦੀ ਇਕਤਾ ਕਿਸਾਨਾਂ ਦੇ ਵਿੱਚ ਬਣੀ ਹੋਈ ਹੈ ਹੁਣ ਦੇਖਣਾ ਇਹ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਨੇ ਜਿਹੜੇ ਉਹ ਕਿਸ ਤਰੀਕੇ ਦੇ ਨਾਲ ਇੱਕ ਨਵੀਂ ਪਲੈਨਿੰਗ ਜਾਂ ਨਵੀਂ ਸੋਚ ਦੇ ਨਾਲ ਅੱਗੇ ਜਾਣਗੇ ਕਿਉਂਕਿ ਕਿਸਾਨਾਂ ਨੇ ਇਹ ਗੱਲ ਸਾਫ਼ ਕਰ ਦਿੱਤੀ ਹੈ ਕਿ ਦੀਪ ਸਿੱਧੂ ਹੋਰਾਂ ਵੱਲੋਂ ਜਿਹੜਾ ਕੁਝ ਵੀ ਹੋਇਆਗਾ ਉਸ ਦੇ ਉਹ ਬਿਲਕੁਲ ਹੱਕ ਦੇ ਵਿੱਚ ਨਹੀਂ ਸੀਗੇ ਤੇ ਉਹ ਪਹਿਲੇ ਦਿਨ ਤੋਂ ਹੀ ਕਿਸਾਨੀ ਦੇਸ਼ ਮਸਲੇ ਦੇ ਵਿੱਚ ਇਹਨਾਂ ਲੋਕਾਂ ਨੂੰ ਇਨਵੋਲ ਨਹੀਂ ਕਰਨਾ ਚਾਹੁੰਦੇ ਸੀਗੇ ਪਰ ਇਸ ਤੋਂ ਇਲਾਵਾ ਉਹਨਾਂ ਨੇ ਫਿਰ ਵੀ ਕਿਹਾ ਕਿ ਜੋ ਕੁਝ ਵੀ ਹੋਇਆ ਇਹ ਬਹੁਤ ਹੀ ਮੰਦਭਾਗ ਹੈ ਤੇ ਇਸ ਦੇ ਵਿੱਚ ਕੇਂਦਰ ਸਰਕਾਰ ਦੀ ਮਿਲੀ ਭੁਗਤ ਸੀ ਕਿਸਾਨਾਂ ਦਾ ਇਹ ਕਹਿਣਾ ਹੈਗਾ ਤੇ ਨਾਲ ਹੀ ਉਹਨਾਂ ਦਾ ਇਹ ਕਹਿਣਾ ਕਿ ਇਸ ਪੂਰੇ ਮਾਮਲੇ ਦੀ ਪਰਚੋਲ ਕੀਤੀ ਜਾ ਰਹੀ ਹੈਗੀ ਤੇ ਜੇਕਰ ਕੋਈ ਸ਼ਰਾਰਤੀ ਅਨਸਰਾਂ ਨੇ ਇਹ ਚੀਜ਼ ਕੀਤੀ ਹੈ ਤਾਂ ਉਸਤੇ ਸਖਤ ਤੋਂ ਸਖਤ ਕਾਰਵਾਈ ਵੀ ਹੋਵੇ ਪਰ ਕਿਤੇ ਨਾ ਕਿਤੇ ਜਿਹੜਾ ਸੀ ਕਿਸਾਨੀ ਸੰਘਰਸ਼ ਸੀ ਉਸ ਨੂੰ ਕੱਲ ਬਹੁਤ ਵੱਡੀ ਠੇਸ ਪਹੁੰਚੀ ਹੈ ਉਸ ਨੂੰ ਕੱਲ ਬਹੁਤ ਵੱਡਾ ਇੱਕ ਨੁਕਸਾਨ ਵੀ ਹੋਇਆ ਕਿ ਜਿਹੜਾ ਇੰਨੇ ਲੰਬੇ ਸਮੇਂ ਤੋਂ ਬਾਅਦ ਇਹ ਸੰਘਰਸ਼ ਸੀਗਾ ਜਿਹੜਾ ਚੱਲ ਰਿਹਾ ਸੀ ਲੰਬੇ ਸਮੇਂ ਤੋਂ ਤੇ ਇੱਕ ਕਿਸੇ ਕਹਿ ਸਕਦੇ ਆ ਕਿ ਇੱਕ ਕਿਸੇ ਨੂੰ ਹੱਥ ਜਾਂ ਖਰੌਂਚ ਲਾਉਣ ਦੀ ਗੱਲ ਵੀ ਜਿਹੜੀ ਕਿਸਾਨੀ ਇਸ ਸੰਘਰਸ਼ ਦੇ ਵਿੱਚ ਨਹੀਂ ਹੋਈ ਸੀ ਤਾਂ ਕੱਲ ਜਿਹੜਾ ਕੁਝ ਵੀ ਹੋਇਆ ਉਹ ਬਹੁਤ ਹੀ ਜ਼ਿਆਦਾ ਗਲਤ ਹੋਇਆ ਇੱਕ ਕਿਸਾਨਾਂ ਦਾ ਕਹਿਣਾ ਹੈ ਇਹ ਉਹਨਾਂ ਦਾ ਕਹਿਣਾ ਕਿ ਜਿਨ੍ਹਾਂ ਨੇ ਵੀ ਇਹ ਕੁਝ ਕੀਤਾ ਉਹ ਕਿਸਾਨ ਨਹੀਂ ਹੋ ਸਕਦੇ ਉਹ ਫਿਰਕੂ ਪ੍ਰਸਤ ਹੋ ਸਕਦੇ ਨੇਗੇ ਤੇ ਉਹਨਾਂ ਦਾ ਕਿਸਾਨ ਕਹਿੰਦੇ ਨੇ ਕਿ ਸਾਡਾ ਇਹਨਾਂ ਦੇ ਨਾਲ ਕੋਈ ਲੈਣ ਦੇਣੀ ਹੈਗਾ ਪਰ ਕਿਸਾਨ ਫਿਰ ਵੀ ਇਸ ਚੀਜ਼ ਤੇ ਡਟੇ ਹੋਏ ਨੇਗੇ ਕਿ ਆਪਣਾ ਹੱਕ ਲੈ ਕੇ ਜਾਵਾਂਗੇ ਹੁਣ ਦੇਖਣਾ ਇਹ ਹੋਏਗਾ ਕਿ ਕੇਂਦਰ ਸਰਕਾਰ ਕਿਸ ਤਰੀਕੇ ਦਾ ਰਵਈਆ ਅਪਣਾਉਂਦੀ ਹੈ ਕਿਸਾਨਾਂ ਦੇ ਨਾਲ ਹਾਲਾਕੀ ਅੱਜ ਇਹ ਵੀ ਖਬਰ ਆ ਚੁੱਕੀ ਹੈ ਕਿ ਜਿਹੜੇ ਕਿਸਾਨ ਸੰਘਰਸ਼ ਦੇ ਨੇਤਾ ਸੀਗੇ ਵੀ ਐਮ ਸਿੰਘ ਉਹਨਾਂ ਨੇ ਵੀ ਆਪਣਾ ਗੁੱਟ ਜਿਹੜਾ ਵਾਪਸ ਕਰ ਲਿਆ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਕੁਝ ਵੀ ਕੱਲ ਹੋਇਆ ਅਸੀਂ ਉਸ ਦਾ ਸਮਰਥਨ ਨਹੀਂ ਕਰ ਰਹੇ ਇਸ ਕਰਕੇ ਦੋ ਗੁੱਟ ਸੂਤਰਾਂ ਤੋਂ ਪਤਾ ਚੱਲ ਰਿਹਾ ਹੈਗਾ ਕਿ ਦੋ ਗੁੱਟ ਨੇ ਜਿਹੜੇ ਉਹ ਟੁੱਟ ਚੁੱਕੇ ਨੇਗੇ ਤੇ ਉਹਨਾਂ ਨੇ ਇਸ ਕਿਸਾਨੀ ਸੰਘਰਸ਼ ਦੇ ਵਿੱਚ ਆਪਣਾ ਕਦਮ ਹੈ ਜਿਹੜਾ ਉਹ ਪਿੱਛੇ ਕਰ ਲਿਆ ਤੇ ਉਹ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਨੇ ਪਰ ਹੁਣ ਦੇਖਣਾ ਇਹ ਹੋਵੇਗਾ ਕਿਸਾਨ ਕਿਸ ਕਦਰ ਇਸ ਕਿਸਾਨੀ ਸੰਘਰਸ਼ ਨੂੰ ਬਚਾਣਗੇ ਤੇ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਰੋਸ਼ ਪ੍ਰਦਰਸ਼ਨ ਚੱਲ ਰਿਹਾ ਸੀ ਉਸ ਤੇ ਹੁਣ ਨਵਾਂ ਮੋੜ ਕੀ ਆਏਗਾ ਹਾਲਾਂਕਿ ਤੁਹਾਨੂੰ ਜਲਦੀ ਅਪਡੇਟ ਦਿੰਨੇ ਆ ਬੀਕੇਯੂ ਉਗਰਾਹਾ ਕਿਸਾਨ ਇਕਤਾ ਯੂਨੀਅਨ ਦੇ ਉਗਰਾਹਾ ਜਗਿੰਦਰ ਸਿੰਘ ਉਗਰਾਹਾ ਨੇ ਵੀ ਫੇਸਬੁਕ ਤੇ ਲਾਈਵ ਹੋਏ ਸੀਗੇ ਉਹ ਵੀ ਸਾਰਾ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਾਂਗੇ ਜਾਣਕਾਰੀ ਚੰਗੀ ਲੱਗੀ ਤਵਾ ਤੋਂ ਸਾਂਝਾ ਕਰਦੇ ਹੋ ਬਹੁਤ ਬਹੁਤ ਧੰਨਵਾਦ